ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਫਿਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਇਆ ਹਾਂ, ਜਿਹਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਆਧਾਰ ਕਾਰਡ ਡਿਪਾਰਟਮੈਂਟ ਵੱਲੋਂ ਕੱਢੀਆਂ ਗਈਆਂ ਭਰਤੀਆਂ ਦੇ ਬਾਰੇ ਵਿੱਚ ਪੂਰਾ ਡਿਟੇਲ 'ਚ ਗੱਲ ਕਰਾਂਗੇ। ਐਲੀਜੀਬਿਲਿਟੀ ਕ੍ਰਿਟੇਰੀਆ ਕੀ ਰਹੇਗਾ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਪੋਸਟ ਕੀ ਨੇ, ਇਹਦੇ ਵਿੱਚ ਪੂਰੀ ਡਿਟੇਲ 'ਚ ਦੱਸਾਂਗਾ ਤੁਹਾਨੂੰ ਮੈਂ। ਇਸ ਤੋਂ ਪਹਿਲਾਂ ਅਗਰ ਮੇਰੇ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜਿਟ ਕਰ ਰਹੇ ਹੋ ਤਾਂ ਬੈਲ ਬਟਨ ਔਰ ਸਬਸਕ੍ਰਾਈਬ ਬਟਨ ਨੂੰ ਦੁਬਾਰਾ ਨਾ ਭੁੱਲਣਾ ਕਿਸੇ ਵੀ ਗਵਰਨਮੈਂਟ ਜੋਬ ਦੇ ਅਪਡੇਟ ਦੇ ਲਈ। ਔਰ ਹਰ ਸਾਡੀ ਵੈਬਸਾਈਟ www.clory.com 'ਤੇ ਵਿਜਿਟ ਜ਼ਰੂਰ ਕਰਨਾ, ਕਿਉਂਕਿ ਉਹਦੇ ਉੱਪਰ ਅਸੀਂ ਡੇਲੀ ਬੇਸਿਸ 'ਤੇ ਆਈਆਂ ਹੋਈਆਂ ਪੋਸਟਾਂ ਦੀ ਅਪਡੇਟ ਡੇਲੀ ਬੇਸਿਸ 'ਤੇ ਕਰਦੇ ਹਾਂ। ਕਈ ਵਾਰੀ ਕੀ ਹੁੰਦਾ, ਅਸੀਂ ਇੱਕ ਪੋਸਟ ਲਈ ਇੱਕ ਹੀ ਵੀਡੀਓ ਬਣਾ ਪਾਉਂਦੇ ਹਾਂ, ਲੇਕਿਨ ਡੇਲੀ ਬੇਸਿਸ 'ਤੇ ਅਸੀਂ ਕਈ ਪੋਸਟਾਂ ਦਾ ਅਪਡੇਟ ਅਸੀਂ ਉਸ ਵੈਬਸਾਈਟ ਦੇ ਉੱਪਰ ਕੀਤਾ ਹੋਇਆ, ਅਤੇ ਤੁਸੀਂ ਜਾ ਕੇ ਚੈੱਕ ਜ਼ਰੂਰ ਕਰਦੇ ਰਹਿਣਾ। ਠੀਕ ਹੈ, 2 ਜਾਂ 3 ਮਿੰਟ ਡੇਲੀ ਸਪੈਂਡ ਕਰਨ ਨਾਲ ਤੁਹਾਨੂੰ ਇੱਕ ਅਪਡੇਟ ਮਿਲਦੇ ਰਹਿਣਗੇ ਕਿ ਕਿਹੜੀ ਨਵੀਆਂ ਪੋਸਟ ਆਈਡੀਆਂ ਨੇ ਆਊਟ ਹੋਈਆਂ ਨੇ। ਠੀਕ ਹੈ ਜੀ, ਉਸ ਤੋਂ ਪਹਿਲਾਂ ਹੁਣ ਅਸੀਂ ਗੱਲ ਕਰਦੇ ਹਾਂ, ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੇ ਲਈ ਤਿਆਰੀ ਵੀ ਕਰ ਰਹੇ ਹੋ ਤਾਂ ਉਹਦੇ ਲਈ ਸਟੱਡੀ ਮਟੀਰੀਅਲ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਮਿਲ ਜਾਏਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਅਫੀਸ਼ੀਅਲ ਨੋਟੀਫਿਕੇਸ਼ਨ ਦਾ। ਇਹ ਜਿਹੜੀ ਆਧਾਰ ਕਾਰਡ ਡਿਪਾਰਟਮੈਂਟ ਵੱਲੋਂ ਭਰਤੀ ਨਿਕਲੀ ਹੈ ਉਹ ਨਿਕਲੀ ਹੈ, ਜਿਹੜੀ ਡਿਪਾਰਟਮੈਂਟ ਹੈ ਉਹ ਕਿਹੜੇ ਡਿਪਾਰਟਮੈਂਟ ਵੱਲੋਂ ਨਿਕਲੀ ਹੈ? MEITY ਵੱਲੋਂ, ਜਿਹਦੀ ਫੁੱਲ ਫਾਰਮ ਹੈਗੀ ਹੈ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ, ਗਵਰਨਮੈਂਟ ਆਫ ਇੰਡੀਆ। ਹੁਣ ਗੱਲ ਕਰਦੇ ਹਾਂ ਕਿ ਔਰਗਨਾਈਜੇਸ਼ਨ ਨੇਮ, ਤੁਹਾਨੂੰ ਮੈਂ ਦੱਸ ਚੁੱਕਾ ਆਲਰੇਡੀ, ਸੈਲਰੀ ਜਿਹੜੀ ਰਹੇਗੀ 9300 ਤੋਂ ਲੈ ਕੇ 34800 ਰਹੇਗੀ। ਠੀਕ ਹੈ, ਹੁਣ ਅਸੀਂ ਗੱਲ ਕਰਾਂਗੇ ਪੋਸਟਾਂ ਦੀ ਔਰ ਐਲੀਜੀਬਿਲਿਟੀ ਕ੍ਰਿਟੇਰੀਆ ਦੀ। ਹਰ ਇੱਕ ਪੋਸਟ ਵਾਸਤੇ ਅਲੱਗ ਅਲੱਗ ਐਲੀਜੀਬਿਲਿਟੀ ਕ੍ਰਿਟੇਰੀਆ ਹੈ, ਔਰ 10th ਪਲੱਸ 2 ਗ੍ਰੈਜੂਏਸ਼ਨ ਸਾਰੇ ਅਪਲਾਈ ਕਰ ਸਕਦੇ ਨੇ। ਠੀਕ ਹੈ ਜੀ, ਹਰ ਇੱਕ ਪੋਸਟ ਦੀ ਅਲੱਗ ਅਲੱਗ ਐਲੀਜੀਬਿਲਿਟੀ ਹੈ, ਧਿਆਨ ਨਾਲ ਚੈੱਕ ਕਰਨਾ। ਕਈ ਵਾਰੀ ਬਾਅਦ ਵਿੱਚ ਕੈਂਡੀਡੇਟ ਕਨਫਿਊਜ਼ ਹੋ ਜਾਂਦੇ ਨੇ ਕਿ ਕੌਣ ਅਪਲਾਈ ਕਰ ਸਕਦਾ ਕੌਣ ਨਹੀਂ ਕਰ ਸਕਦਾ, ਜਾਂ ਉਹ ਕਈ ਵਾਰੀ ਕਮੈਂਟ ਵੀ ਆਉਂਦੇ ਨੇ ਕਿ ਇਹ ਫੇਕ ਪੋਸਟ ਹੈ। ਇੱਕ ਵਾਰੀ ਅਗਰ ਤੁਸੀਂ ਇਹਦੇ ਲਈ ਐਲੀਜੀਬਲ ਨਹੀਂ ਹੋ ਤਾਂ ਜ਼ਰੂਰ ਚੈੱਕ ਕਰ ਲਿਆ ਕਰੋ ਪੋਸਟ ਨੂੰ, ਪ੍ਰੋਪਰ ਚੈੱਕ ਕਰਕੇ ਪੜ੍ਹ ਕੇ ਫਿਰ ਹੀ ਉਸ ਤੋਂ ਬਾਅਦ ਉਹਦੇ ਲਈ ਕੋਈ ਵੀ ਕਮੈਂਟ ਪਾਸ ਕਿਆ ਕਰੋ, ਕਿਉਂਕਿ ਕਈ ਵਾਰੀ ਕੀ ਹੁੰਦਾ ਤੁਸੀਂ ਐਲੀਜੀਬਲ ਨਹੀਂ ਹੁੰਦੇ ਔਰ ਉਹਦੇ ਵਿੱਚ ਤੁਸੀਂ ਕਮੈਂਟ ਵਿੱਚ ਬਾਕਸ ਵਿੱਚ ਲਿਖ ਦਿੰਦੇ ਹੋ ਕਿ ਇਹ ਫੇਕ ਹੈ, ਬਟ ਇਹਦੇ ਨਾਲ ਦੂਜੇ ਉੱਪਰ ਬਹੁਤ ਇੰਪੈਕਟ ਪੈਂਦਾ ਹੈ, ਕਿਉਂਕਿ ਜਿਹੜੇ ਬੰਦੇ ਐਲੀਜੀਬਲ ਨੇ ਔਰ ਅਪਲਾਈ ਕਰ ਸਕਦੇ ਨੇ। ਮੈਂ ਇਸ ਲਈ ਨਾਲ ਦੇ ਨਾਲ ਹਮੇਸ਼ਾ ਅਫੀਸ਼ੀਅਲ ਨੋਟੀਫਿਕੇਸ਼ਨ ਜ਼ਰੂਰ ਲਗਾਉਣਾ ਜਿਹਨਾਂ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਫੇਕ ਹੈ ਜਾਂ ਰੀਅਲ ਹੈ। ਠੀਕ ਹੈ ਜੀ, ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੋਸਟ ਨੇਮ ਦੀ। ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਉਹ 'ਚ 9 ਪੋਸਟਾਂ ਨਿਕਲੀਆਂ ਨੇ, ਇਹ ਸੈਕਸ਼ਨ ਆਫੀਸਰ ਦੀ ਪੋਸਟ ਹੈ। ਇਹਦੇ ਲਈ ਜਿਹੜਾ ਫਸਟ ਪੋਸਟ ਲਈ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਰਹੇਗਾ, ਜਿਹੜੇ ਵੀ ਕੋਈ ਵੀ ਕੈਂਡੀਡੇਟ 2 ਸਾਲ ਜਾਂ 2 ਸਾਲ ਦੀ ਜੋਬ ਕਰਕੇ ਛੱਡ ਚੁੱਕੇ ਨੇ, ਠੀਕ ਹੈ ਜੀ, ਰੈਗੂਲਰ ਬੇਸਿਸ 'ਤੇ ਉਹ ਅਪਲਾਈ ਕਰ ਸਕਦੇ ਨੇ ਇਸ ਜੋਬ ਵਾਸਤੇ। ਠੀਕ ਹੈ ਜੀ, ਸੈਕਸ਼ਨ ਆਫੀਸਰ ਵਾਸਤੇ। ਹੁਣ ਉਸ ਤੋਂ ਬਾਅਦ ਨੈਕਸਟ ਜਿਹੜੀ ਪੋਸਟ ਹੈਗੀ ਹੈ ਉਹ ਸੈਕਸ਼ਨ ਆਫੀਸਰ ਦੀ ਪੋਸਟ ਹੈ। 5 ਟੋਟਲ ਇਹਦੇ ਵਿੱਚ ਜਿਹੜੀ ਉਹਨਾਂ ਨੇ 5 ਪੋਸਟਾਂ ਮੰਗ ਅਸਿਸਟੈਂਟ ਸੈਕਸ਼ਨ ਆਫੀਸਰ ਦੀ ਹੈ, 5 ਪੋਸਟਾਂ ਨੇ ਟੋਟਲ। ਠੀਕ ਹੈ ਜੀ, ਇਹਦੇ ਵਿੱਚ ਉਹਨਾਂ ਨੇ ਜਿਹੜੀ ਐਕਸਪੀਰੀਅੰਸ ਮੰਗਿਆ, ਠੀਕ ਹੈ, ਹੈਂਡਲਿੰਗ ਕੈਸ਼, ਫਾਈਨਾਂਸ, ਅਕਾਊਂਟਸ, ਐਡਮਿਨਿਸਟ੍ਰੇਸ਼ਨ, HRE ਸਟੇਬਲਿਸ਼ਮੈਂਟ, ਠੀਕ ਹੈ ਜੀ, ਲੀਗਲ, ਠੀਕ ਹੈ ਜੀ, ਬਜਟ ਪੋਲਿਟੀ ਪੋਲਿਸੀ ਮੈਟਰਸ ਦੇ ਵਿੱਚ ਉਹਨਾਂ ਨੂੰ ਐਕਸਪੀਰੀਅੰਸ ਹੈਗਾ ਹੈ, ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਠੀਕ ਹੈ ਜੀ, ਅਤੇ ਜੇ 5 ਪੋਸਟਾਂ ਟੋਟਲ ਨੇ। ਨੈਕਸਟ ਪੋਸਟ ਹੈਗੀ ਹੈ ਪ੍ਰਾਈਵੇਟ ਸੈਕਟਰੀ ਦੀ, ਟੋਟਲ 4 ਪੋਸਟ ਨੇ ਇਹਦੇ ਲਈ। ਠੀਕ ਹੈ ਜੀ, ਉਹਨਾਂ ਨੇ ਇਹਦੇ ਵਿੱਚ ਜਿਹੜੀ ਮੇਨ ਜਿਹੜੀ ਰਿਕੁਆਇਰਮੈਂਟ ਹੈ ਉਹਨਾਂ ਨੂੰ ਹੈਗੀ ਸਟੈਨੋਗ੍ਰਾਫਿਕ ਔਰ ਟਾਈਪਿੰਗ ਸਕਿੱਲ, ਜਿਹੜੇ ਨੇ ਉਹਨਾਂ ਨੂੰ ਹੋਣੀ ਜ਼ਰੂਰੀ ਹੈ। ਠੀਕ ਹੈ ਜੀ, ਐਕਸਲ ਔਰ ਕੰਪਿਊਟਰ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਇਸ ਪੋਸਟ ਦੇ ਲਈ। ਠੀਕ ਹੈ ਜੀ, ਔਰ ਨੈਕਸਟ ਪੋਸਟ ਜਿਹੜੀ ਉਹ ਇਸ ਗੱਲ ਕਰਦੇ ਅਸਿਸਟੈਂਟ ਅਕਾਊਂਟੈਂਟ ਆਫਿਸਰ ਦੀ, ਇਹ 'ਚ ਟੋਟਲ ਜਿਹੜੀਆਂ ਪੋਸਟ ਹੈਗੀਆਂ ਨੇ, ਨੰਬਰ ਆਫ ਪੋਸਟ 3 ਨੇ। ਠੀਕ ਹੈ ਜੀ, ਉਹਨਾਂ ਨੂੰ ਨੌਲੇਜ ਅਤੇ ਐਕਸਪੀਰੀਅੰਸ ਹੋਣਾ ਚਾਹੀਦਾ ਟੈਲੀ ਦੇ ਉੱਪਰ, ਅਕਾਊਂਟਿੰਗ ਸੋਫਟਵੇਅਰ ਦੇ ਉੱਪਰ, 5 ਈਅਰ ਦਾ ਐਕਸਪੀਰੀਅੰਸ ਮੰਗਿਆ ਫਾਈਨਾਂਸ, ਅਕਾਊਂਟ ਔਰ ਬਜਟ ਰਿਲੇਟਡ ਮੈਟਰ ਦੇ ਵਿੱਚ। ਠੀਕ ਹੈ ਜੀ, ਉਸ ਤੋਂ ਬਾਅਦ ਉਹ ਨੈਕਸਟ ਗੱਲ ਕਰਦੇ ਹਾਂ ਅਸੀਂ ਸੀਨੀਅਰ ਅਕਾਊਂਟੈਂਟ ਆਫਿਸਰ ਦੀ, ਇੱਕ ਹੀ ਪੋਸਟ ਹੈ। ਠੀਕ ਹੈ ਜੀ, ਇਹਦੇ ਵਿੱਚ ਸੇਮ ਉਹਨਾਂ ਨੇ ਉਹੀ ਜਿਹੜਾ ਮੰਗਿਆ ਜਿਹੜਾ ਐਕਸਪੀਰੀਅੰਸ ਮੰਗਿਆ, ਉਹ ਟੈਲੀ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ, ਔਰ ਅਕਾਊਂਟਿੰਗ ਜਿਹੜੇ ਸੋਫਟਵੇਅਰ ਹੁੰਦੇ ਨੇ ਉਹਨਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਨੈਕਸਟ ਜਿਹੜੀ ਇੰਪੋਰਟੈਂਟ ਡੇਟ ਹੈ, ਲਾਸਟ ਡੇਟ ਅਪਲਾਈ ਕਰਨ ਦੀ ਹੈਗੀ ਹੈ 15/9/2019। ਅਪਲਾਈ ਕਿੱਦਾਂ ਕਰਨਾ, ਐਲੀਜੀਬਲ ਕੈਂਡੀਡੇਟਸ ਨੇ ਆਪਣੀ ਜਿਹੜੀ ਐਪਲੀਕੇਸ਼ਨ ਫਾਰਮ ਹੈ ਡਾਊਨਲੋਡ ਕਰ ਲੈਣਾ। ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਔਰ ਫਾਰਮ ਹੈ ਜਿਹੜਾ, ਉਹ ਅਸੀਂ ਲਿੰਕ ਦਿੱਤਾ ਹੋਇਆ, ਅਤੇ ਕਲਿੱਕ ਕਰਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਹ ਤੁਸੀਂ ਜਾ ਕੇ ਅਫੀਸ਼ੀਅਲ ਵੈਬਸਾਈਟ 'ਤੇ ਵੀ ਚੈੱਕ ਕਰ ਸਕਦੇ ਹੋ। ਠੀਕ ਹੈ ਜੀ, 9th ਨੰਬਰ 'ਤੇ ਚੰਡੀਗੜ੍ਹ ਦਾ ਲਿੰਕ ਹੈ, ਉਹ ਤੁਸੀਂ ਜਦੋਂ ਵੀ ਕਲਿੱਕ ਕਰੋਗੇ ਦਾ ਐਪਲੀਕੇਸ਼ਨ ਡਾਊਨਲੋਡ ਕਰ ਲਈ, 9th ਨੰਬਰ 'ਤੇ ਹੋਏਗਾ ਜਾਂ 10th ਨੰਬਰ 'ਤੇ ਹੋਏਗਾ, ਚੈੱਕ ਕਰਕੇ ਡਾਊਨਲੋਡ ਕਰਕੇ ਰੀਡ ਆਊਟ ਵੀ ਕਰ ਸਕਦੇ ਹੋ ਪ੍ਰੋਪਰ ਤੁਸੀਂ, ਔਰ ਉਹਦੇ ਵਿੱਚ ਜਿਹੜਾ ਫਾਰਮ ਅਟੈਚਡ ਹੈ ਫਿਲ ਕਰਕੇ ਤੁਸੀਂ ਉਹ ਸੈਂਡ ਕਰਨਾ ਹੈ, ਔਰ ਉਹਦੇ ਜਿਹੜਾ ਜਗ੍ਹਾ ਹੈ ਉਹਨਾਂ ਨੇ ਉਹ ਲਿਖੀ ਹੋਈ ਕਿੱਥੇ ਸੈਂਡ ਕਰਨਾ ਹੈ। ਠੀਕ ਹੈ ਜੀ, ਔਰ ਅਗਰ ਤੁਸੀਂ ਕੋਈ ਵੀ ਹੋਰ ਗੌਰਮੈਂਟ ਜੋਬ ਦੀ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਕਲਿੱਕ ਹੇਅਰ 'ਤੇ ਕਲਿੱਕ ਕਰਕੇ ਉਹਦੇ ਵਿੱਚ ਲੈ ਸਕਦੇ ਹੋ ਤੁਸੀਂ। ਸੋ ਬਹੁਤ ਵਧੀਆ ਜਿਹੜੀ ਜੋਬ ਹੈਗੀ ਹੈ, ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਕਮੈਂਟ ਕਰਕੇ ਪੁੱਛ ਸਕਦੇ ਹੋ, ਔਰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਇਜ਼ੀਲੀ ਅਪਲਾਈ ਕਰ ਸਕਣ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।